ਹਾਂਜੀ ਕੀ ਹਾਲ ਆ ਜੀ? ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ। ਹੋਰ ਠੀਕ ਠਾਕ ਹੋ? ਅੱਜ ਬਾਈ ਕੋਲ ਆਏ ਸੀ ਭਗਣੇ, ਮੈਂ ਕਿਹਾ ਲਾਈਵ ਮਰੀਏ, ਵਾਹਵਾ ਟਾਈਮ ਹੋ ਗਿਆ। ਵੀਡੀਓ ਵੀਡੀਓ ਨਹੀਂ ਪਾਈ ਬਾਈ, ਆਹ ਬੱਚੇ ਆ ਆਪਣੇ, ਗਾਂ ਬਾਜੀ ਬੋਲੀ ਛੱਡਣ ਨੂੰ। ਯਾਰ ਇੱਕ ਬੱਚਾ ਲਿਆ, ਇੱਕ ਹੋਰ ਵੀਡੀਓ ਬਣਾ ਕੇ ਪਾਈਏ ਪਿੱਛੇ, ਕਹੋ ਮਾੜਾ ਯਾਰ ਬਿੰਦਰ ਉਰੇ, ਜਿਹੜਾ ਮਰਜ਼ੀ ਫੜ ਲਾ। ਆਹ ਤਾਂ ਮੈਚਿੰਗ ਹੋ ਗਈ ਹੈ ਨਾ, ਸਹੀ ਯਾਰ। ਜੇ ਮੰਨ ਲਓ ਨਾ ਬਾਈ, ਬੜੀ ਆਮ ਆਪਾਂ ਵੀਰ ਭਰਾ ਨਵੇਂ ਕਬੂਤਰ ਬਾਲੀਏ ਨਾ, ਆਪਣੇ ਤੋਂ ਸਿਆਣੇ ਬਹੁਤ ਆ ਬਾਈ, ਹੈ ਨਾ। ਅਤੇ ਬਾਕੀ ਆਪਾਂ ਕਹਿੰਦੇ ਨੇ ਸੁਣੋ ਸਭ ਦੀ, ਕਰੋ ਮਰਜ਼ੀ, ਇਹ ਤੁਹਾਡੀ ਸੋਚ ਆ, ਤੁਸੀਂ ਜੋ ਤੁਹਾਡੇ ਦਿਲ ਨੂੰ ਸਹੀ ਲੱਗੇ ਉਹ ਕਰੋ। ਬਈ ਜਿਵੇਂ ਆਪਾਂ ਨੂੰ ਫਰਵਰੀ ਜਾ ਕੇ ਆਪਾਂ ਕਬੂਤਰ ਪੱਟਣੇ ਹੁੰਦੇ ਆ, ਆਪਾਂ ਈਜ਼ਲੀ ਪੱਟ ਲੈਂਦੇ ਹਾਂ ਬਈ। ਜਿਵੇਂ ਮੰਨ ਲਓ ਗੱਲ ਨੌਵੀਂ ਰਹਿ ਗਈ, ਅੱਠਵੀਂ ਆਪਾਂ ਨੂੰ ਪਤਾ ਵੀ ਆਹ ਆਈ ਜਾਂਦੀ ਆ, ਉਦਲੀਆਂ ਖਿੱਚਦੇ, ਇਹ ਸੌਖੀਆਂ ਪੱਟੀਆਂ ਜਾਂਦੀਆਂ। ਪਰ ਅਕਸਰ ਵੀਰ ਭਰਾ ਕੀ ਕਰਦੇ ਆ ਵੀ ਜਿਹੜੇ ਪੂਛ ਵਾਲੇ ਖੰਭ ਪੱਟਣੇ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਕਿਹੜੇ 'ਤੇ ਕੱਚੇ ਫਰ ਆਮ ਤੌਰ 'ਤੇ ਬਹੁਤ ਪੱਟੇ ਜਾਂਦੇ, ਬਹੁਤ ਜਦੋਂ ਆਮ ਆਪਾਂ ਪੂਛ ਵੀ ਪੜਦੇ ਆ ਨਾਲ। ਉਹਦਾ ਇੱਕ ਸੌਖਾ ਜਿਹਾ ਤਰੀਕਾ ਬਈ, ਜਿਵੇਂ ਬੱਚੇ ਨੂੰ ਫੜੀ ਮਾਰਿਆ, ਫੜ ਕੇ ਤੇ ਕੈਂਚੀ ਲਓ, ਕਲਰ ਤਾਂ ਪੂਛ ਨੂੰ ਲੱਗਿਆ ਇਹ ਵੀ ਠੀਕ ਆ, ਪਰ ਇਹ ਕਈ ਵਾਰੀ ਲੈ ਵੀ ਜਾਂਦਾ ਵਾ। ਹਲਕੀ ਜੀ, ਜਿਵੇਂ ਹਲਕੀ ਜੀ ਕੈਂਚੀ ਲਾ ਦਿਓ, ਠੀਕ ਆ ਜੀ। ਕੈਂਚੀ ਲੱਗ ਗਈ 12 ਦੇ 12 ਫਰਾਂ ਦੇ। ਹੁਣ ਜਦੋਂ ਫਰਵਰੀ ਦੇ ਵਿੱਚ ਤੁਸੀਂ ਪੱਟਣੇ ਹੋਏ, ਜਿਹੜੇ ਤਾਂ ਨਵੇਂ ਫਰ ਆ ਗਏ ਉਹਨਾਂ ਨੂੰ ਛੱਡ ਦਿਓ, ਕੈਂਚੀ ਵਾਲੇ 2 ਹੋਣਗੇ, 3 ਹੋਣਗੇ, 4 ਹੋਣਗੇ, 5 ਹੋਣਗੇ, ਇਕੱਲੇ ਕੈਂਚੀ ਵਾਲੇ ਖਿੱਚ ਦਿਓ। ਅਤੇ ਇਹਦੇ ਨਾਲ ਪੂਛ ਦਾ ਇੱਕ ਵੀ ਕੱਚਾ ਫਰ ਨਹੀਂ ਕੱਟਿਆ ਜਾਣਾ, ਇੱਕ ਵੀ। ਇਹ ਨਵੇਂ ਕਬੂਤਰਬਾਜ਼ ਵੀਰਾਂ ਵਾਸਤੇ ਆ ਬਈ। ਕਈ ਵਾਰੀ ਨਾ ਪੂਛ ਪੜਦੇ ਆ ਆਪਾਂ ਆਮ ਤੌਰ 'ਤੇ ਪੂਛ ਖਿੱਚਦੇ ਹਾਂ, ਅਤੇ ਨਵੇਂ ਖੂਨ ਵਾਲੇ ਫਰ ਕਬੂਤਰਾਂ ਦੇ ਪੂਛ ਦੇ ਬਹੁਤ ਪੱਟੇ ਜਾਂਦੇ, ਕਿਉਂਕਿ ਇਹਦੀ ਜਜਮੈਂਟ ਨਹੀਂ ਆਉਂਦੀ। ਅਤੇ ਆਹ ਕੈਂਚੀ ਲੱਗ ਗਈ ਆ, ਹੁਣ ਜਦੋਂ ਇਹ ਸਰ ਹੋ ਗਿਆ ਹੋਊਗਾ ਪੱਠਾ, ਉਦੋਂ ਇਹ ਆਹ ਝਾੜੀ ਜਾਊਗਾ, ਨਵੇਂ ਕੱਢੀ ਜਾਊਗਾ, ਅਤੇ ਜਿਹੜੇ ਕੈਂਚੀ ਵਾਲੇ ਰਹਿ ਗਏ ਉਹ ਤੁਸੀਂ ਖਿੱਚ ਦਿਓ। ਇਹਦੇ ਨਾਲ ਈਜ਼ਲੀ ਹੋ ਜਾਂਦਾ ਵੀ 3 ਰਹਿ ਗਏ, 4 ਰਹਿ ਗਏ, 5 ਰਹਿ ਗਏ, ਆਪਾਂ ਨੂੰ ਪਤਾ ਲੱਗ ਜਾਂਦਾ। ਅਤੇ ਜਿੰਨੇ ਬੱਚੇ ਆ ਤੁਹਾਡੇ ਕੋਲ ਸਾਰਿਆਂ ਦੇ ਥੋੜ੍ਹੀਆਂ ਥੋੜ੍ਹੀਆਂ ਕੈਂਚੀਆਂ ਲਾ ਦਿਓ, ਅਤੇ ਤੁਹਾਨੂੰ ਐਂ ਨਾ ਹੋਊਗਾ ਵੀ ਤੁਸੀਂ ਕੱਚਾ ਫਰ ਪੱਟ ਲਓਗੇ। ਹੋਰ ਵਾਹਿਗੁਰੂ ਮਿਹਰ ਕਰੇ ਸਾਰੇ ਜੀਰਾਂ ਦੇ ਘਰ ਪਰਿਵਾਰ ਤੰਦਰੁਸਤੀ ਬਖਸ਼ੇ। ਸਤਿ ਸ਼੍ਰੀ ਅਕਾਲ।